ਜਿਵੇਂ ਅਸੀਂ ਪਿਛਲੇ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਸੁੱਚਾ ਸਿੰਘ ਬਾਸੀ ਉੱਚਾ ਪਿੰਡ ਕਤਲ ਕਾਂਡ ਦੇ ਵਿੱਚੋਂ ਭਗੌੜਾ ਹੋ ਕੇ ਲਾਲਗੜ੍ਹ ਉਹਨੇ ਜਾ ਕੇ ਡੇਰਾ ਲਾ ਲਿਆ। ਲਾਲਗੜ੍ਹ ਦਾ ਜਿਹੜਾ ਡਕੈਤ ਜਾਂ ਲਾਲਗੜ੍ਹ ਦਾ ਜਿਹੜਾ ਬਦਮਾਸ਼ ਸੀਗਾ ਸਰਵਣ ਸਿੰਘ, ਸਰਵਣ ਸੀ ਉਹਦਾ ਨਾਂ, ਸਰਵਣ ਕੁਮਾਰ। ਸਰਵਣ ਦਾ ਜਿਹੜਾ ਪਿੰਡ ਸੀਗਾ ਲਾਲਗੜ੍ਹ, ਉਹ ਇਸ ਤਰ੍ਹਾਂ ਦਾ ਗੜ੍ਹ ਬਣਿਆ ਹੋਇਆ ਸੀ ਅਪਰਾਧੀਆਂ ਦਾ ਕਿ ਜਿੱਥੇ ਆਮ ਬੰਦਾ ਦਾ ਕੀ ਪੁਲਿਸ ਵੀ ਨਹੀਂ ਸੀ ਜਲਦੀ ਜਾਂਦੀ। ਪੂਰੇ ਮੁਲਕ ਜਾਂ ਕਹਿ ਲਈਏ ਕਿ ਉੱਤਰ ਭਾਰਤ ਦੇ ਜਿੰਨੇ ਹਾਰਡਕੋਰ ਕ੍ਰਿਮੀਨਲ ਸੀਗੇ, ਜਿਹੜੇ ਅਪਰਾਧੀ ਸੀਗੇ, ਉੱਥੇ ਹੀ ਜਾ ਕੇ ਪਨਾਹ ਲੈਂਦੇ ਸੀਗੇ। ਉੱਥੇ ਹੀ ਪਨਾਹ ਲਈ ਸੁੱਚਾ ਸਿੰਘ ਬਾਸੀ ਨੇ, ਉੱਥੇ ਹੀ ਸੁੱਚਾ ਸਿੰਘ ਨੇ ਆਪਣੀ ਸਕੀਮ ਹੈਗੀ ਜਿਹੜੀ ਉਹ ਭੁੱਲਿਆ ਨਹੀਂ ਸੀ। ਸੁੱਚਾ ਸਿੰਘ ਬੜਾ ਉਤਾਵਲਾ ਸੀ ਪ੍ਰਤਾਪ ਸਿੰਘ ਕੈਰੋਂ ਹੁਣਾਂ ਦਾ ਕਤਲ ਕਰਨ ਦੇ ਲਈ, ਇੱਕ ਦਿਨ ਵੀ ਨਹੀਂ ਉਹਨੇ ਭੁੱਲੀ ਇਹ ਗੱਲ। ਇਸ ਕਰਕੇ ਉੱਥੇ ਬੈਠਾ ਸਕੀਮਾਂ ਬਣਾ ਰਿਹਾ ਸੀ ਕਿ ਕਿਵੇਂ ਪ੍ਰਤਾਪ ਸਿੰਘ ਕੈਰੋਂ ਹੈਗੇ ਜਿਹੜੇ ਉਹਨਾਂ ਤੋਂ ਬਦਲਾ ਲੈਣਾ, ਕਿਉਂਕਿ ਉਹਨਾਂ ਦੇ ਪੱਗ ਵੱਟ ਭਰਾ, ਜੋ ਜਾਣਕਾਰੀਆਂ ਉਦੋਂ ਦੇ ਅਖਬਾਰਾਂ 'ਚ ਜਾਂ ਪੱਤਰਕਾਰਾਂ ਤੋਂ ਪਤਾ ਲੱਗਦੀਆਂ ਨੇ ਕਿ ਉਹਨਾਂ ਦਾ ਪੱਗ ਵੱਟ ਭਰਾ ਸੀ ਸੋ ਕਾਲਡ, ਜੇ ਕਹਿ ਲਈਏ ਆਪਾਂ, ਅਜੀਤ ਸਿੰਘ, ਜਿਹਨੂੰ ਫਾਂਸੀ ਹੋਈ ਸੀ। ਅਜੀਤ ਸਿੰਘ ਨੇ ਜਾਂਦੇ ਹੋਏ ਫਾਂਸੀ ਤੋਂ ਪਹਿਲਾਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜੇ ਮੇਰੇ ਨਾਲ ਪੱਗ ਵਟਾਈ ਹੈ ਤਾਂ ਮੇਰੀ ਮੌਤ ਦਾ ਬਦਲਾ ਜ਼ਰੂਰ ਰਹੇ। ਇਸੇ ਕਰਕੇ ਸੁੱਚਾ ਸਿੰਘ ਪ੍ਰਤਾਪ ਸਿੰਘ ਕੈਰੋਂ ਨੂੰ ਮਾਰਨ ਦੇ ਲਈ ਉਤਾਵਲਾ ਸੀ। ਉੱਧਰੋਂ 1964 ਦੇ ਵਿੱਚ ਆ ਕੇ ਪ੍ਰਤਾਪ ਸਿੰਘ ਕੈਰੋਂ ਦੀ ਕੁਰਸੀ ਚਲੀ ਗਈ, ਅਸਤੀਫਾ ਦਿੱਤਾ ਉਹਨਾਂ ਨੇ, ਮੁੱਖ ਮੰਤਰੀ ਨਹੀਂ ਰਹੇ। ਇਹ ਮੌਕਾ ਸੁੱਚਾ ਸਿੰਘ ਉਦੋਂ ਲਾਲਗੜ੍ਹ ਸੀ, ਉਹਨੇ ਸੋਚਿਆ ਵੀ ਹੁਣ ਸਹੀ ਮੌਕਾ ਹੈ ਪ੍ਰਤਾਪ ਸਿੰਘ ਕੈਰੋਂ ਤੋਂ ਬਦਲਾ ਲੈਣ ਦਾ ਜਾਂ ਪ੍ਰਤਾਪ ਸਿੰਘ ਕੈਰੋਂ ਦੀ ਅਸੈਸੀਨੇਸ਼ਨ ਦਾ, ਉਹਨਾਂ ਨੂੰ ਮਾਰਨ ਦਾ। ਸੁੱਚਾ ਸਿੰਘ ਨੇ ਉੱਥੇ ਹੀ ਲਾਲਗੜ੍ਹ 'ਚ ਸਕੀਮਾਂ ਬਣਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ। ਸਭ ਤੋਂ ਪਹਿਲਾਂ ਸੁੱਚਾ ਸਿੰਘ ਨੇ ਆਪਣੇ ਨਾਲ ਮਿਲਾਇਆ ਦਇਆ ਸਿੰਘ ਨੂੰ। ਦਇਆ ਸਿੰਘ ਵੀ ਲਾਲਗੜ੍ਹ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਇੱਕ ਹੰਢਿਆ ਹੋਇਆ ਅਪਰਾਧੀ ਸੀ। ਦਇਆ ਸਿੰਘ ਨੂੰ ਆਪਣੀ ਸਾਜਿਸ਼ 'ਚ ਸ਼ਾਮਿਲ ਕੀਤਾ। ਇਸ ਦੇ ਨਾਲ ਹੀ ਇੱਕ ਹੋਰ ਸ਼ਖਸ ਜਿਹੜਾ ਸ਼ਾਮਿਲ ਕੀਤਾ ਗਿਆ ਉਹ ਸੀ ਨਾਰ ਸਿੰਘ ਫੌਜੀ। ਨਾਰ ਸਿੰਘ ਭਾਰਤੀ ਫੌਜ 'ਚੋਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਸੀ ਇਹਨੇ ਬਿਮਾਰੀਆਂ ਕਰਕੇ, ਪਰ ਇਹ ਭਾਰਤੀ ਫੌਜ ਦਾ ਹਿੱਸਾ ਸੀ। ਪਰ ਇਹ ਭਾਰਤੀ ਫੌਜ ਦੇ ਵਿੱਚ ਹੁੰਦਾ ਹੋਇਆ ਵੀ ਡਾਕੇ ਮਾਰਦਾ ਸੀ, ਕਤਲ ਕਰਦਾ ਸੀ ਅਤੇ ਹੋਰ ਇਸ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ 'ਚ ਸ਼ਾਮਿਲ ਸੀ। ਇਸ ਤੋਂ ਇਲਾਵਾ ਇਸ ਕਤਲ ਕਾਂਡ ਦੇ ਵਿੱਚ ਜਾਂ ਇਸ ਸਾਜਿਸ਼ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੀਜਾ ਸ਼ਖਸ ਸੀ ਬਲਦੇਵ ਸਿੰਘ ਸੰਘਾ। ਬਲਦੇਵ ਸਿੰਘ ਸੰਘਾ ਸੁੱਚਾ ਸਿੰਘ ਦਾ ਕਾਲਜ ਦਾ ਦੋਸਤ ਸੀ, ਇਹ ਦੋਵੇਂ ਇਕੱਠੇ ਪੜ੍ਹਦੇ ਹੁੰਦੇ ਸੀ, ਇਸ ਕਰਕੇ ਬਲਦੇਵ ਸਿੰਘ ਸੰਘਾ ਨੂੰ ਸ਼ਾਮਿਲ ਕੀਤਾ ਗਿਆ। ਆਪਣੀ ਸਾਜਿਸ਼ ਨੂੰ ਅੰਜਾਮ ਦੇਣ ਦੇ ਲਈ ਸੁੱਚਾ ਸਿੰਘ ਜਨਵਰੀ 1965 ਦੇ ਵਿੱਚ ਦਿੱਲੀ ਪਹੁੰਚ ਗਿਆ ਅਤੇ ਆਪਣੇ ਜਿਹੜੇ ਉੱਥੇ ਲਾਲਗੜ੍ਹ ਦੇ ਵਿੱਚ ਜਿਹੜੇ ਉਹਨੇ ਤਿਆਰ ਕੀਤੇ ਸੀ ਆਪਣੇ ਸਾਥੀ, ਉਹਨਾਂ ਨੂੰ ਵੀ ਦਿੱਲੀ ਆਉਣ ਦਾ ਸੁਨੇਹਾ ਲਾ ਆਇਆ ਹੁੰਦਾ ਹੋਇਆ ਕਿ ਤੁਸੀਂ ਵੀ ਪਹੁੰਚੋ, ਮੈਂ ਪਹੁੰਚ ਰਿਹਾ। ਸੁੱਚਾ ਸਿੰਘ ਦਿੱਲੀ ਦੇ ਵਿੱਚ ਆਪਣੇ ਇੱਕ ਦੋਸਤ ਸੁੱਖ ਲਾਲ ਕੋਲ ਪਹੁੰਚਿਆ। 1961 ਦੇ ਵਿੱਚ ਹੁਣ ਸੁੱਖ ਲਾਲ ਅਤੇ ਸੁੱਚਾ ਸਿੰਘ ਦੋਹਾਂ ਨੇ ਦਿੱਲੀ ਦੇ ਸ਼ਕਤੀ ਨਗਰ ਇਲਾਕੇ ਦੇ ਵਿੱਚ ਇੱਕ ਹੋਟਲ ਖੋਲ੍ਹਿਆ ਸੀ, ਸੁੰਦਰ ਮਹਿਲ, ਉਹ ਸੁੱਚਾ ਸਿੰਘ ਉਹਦਾ ਪਾਰਟਨਰ ਸੀ। ਤਾਂ ਸੁੱਚਾ ਸਿੰਘ ਉਸੇ ਹੋਟਲ ਦੇ ਵਿੱਚ ਪਹੁੰਚਿਆ। ਅਗਲੇ ਦਿਨ ਉਸੇ ਹੋਟਲ ਦੇ ਵਿੱਚ ਪਹੁੰਚਦਾ ਹੈ ਦਇਆ ਸਿੰਘ। ਦਇਆ ਸਿੰਘ ਨੂੰ ਉੱਥੇ ਹੀ ਉਸੇ ਹੋਟਲ ਦੇ ਵਿੱਚ ਇਹਨਾਂ ਨੇ ਵੇਟਰ ਦੇ ਕੰਮ 'ਤੇ ਲਾ ਦਿੱਤਾ। ਸਾਜਿਸ਼ ਤਿਆਰ ਹੋ ਰਹੀ ਸੀ। ਉਸ ਤੋਂ ਅਗਲੇ ਦਿਨ ਨਾਰ ਸਿੰਘ ਫੌਜੀ ਦਿੱਲੀ ਪਹੁੰਚਦਾ ਹੋਟਲ 'ਚ, ਜਿਸ ਨੂੰ ਫਿਰ ਕੰਮ ਅਸਾਈਨ ਕੀਤਾ ਗਿਆ, ਦਿੱਤਾ ਗਿਆ ਹਥਿਆਰ ਜਮ੍ਹਾਂ ਕਰਨ ਦਾ ਕਿ ਹਥਿਆਰ ਜਿਹੜੇ ਆ ਉਹ ਹਾਸਲ ਕਰ। ਨਾਰ ਸਿੰਘ ਕਿਉਂਕਿ ਭਾਰਤੀ ਫੌਜ ਦਾ ਹਿੱਸਾ ਰਿਹਾ ਸੀ ਅਤੇ ਮੇਰਠ ਦੇ ਵਿੱਚ ਕਿਸੇ ਸਮੇਂ ਇਹਦੀ ਤੈਨਾਤੀ ਸੀ, ਨਾਰ ਸਿੰਘ ਤੁਰੰਤ ਮੇਰਠ ਪਹੁੰਚਿਆ। ਮੇਰਠ ਤੋਂ ਇਹਨੇ ਕੁਛ ਕਾਰਤੂਸ, ਬੰਦੂਕਾਂ ਅਤੇ ਹੈਂਡ ਗ੍ਰਨੇਡ ਹੈਗੇ ਜਿਹੜੇ ਉਹ ਹਾਸਲ ਕੀਤੇ, ਖਰੀਦੇ
ਅਤੇ ਸ਼ਾਮ ਨੂੰ ਦਿੱਲੀ ਪਹੁੰਚ ਗਿਆ। ਬਲਦੇਵ ਸੰਘਾ ਵੀ ਜਿਹੜਾ ਹੈਗਾ ਉਸੇ ਦਿਨ ਹੋਟਲ ਸੁੰਦਰ ਮਹਿਲ ਪਹੁੰਚਿਆ, ਅਤੇ ਇਸ ਤੋਂ ਇਲਾਵਾ ਸੁਖ ਲਾਲ ਹੈਗਾ ਜਿਹੜਾ ਉਹ ਉੱਥੇ ਹੀ ਮੌਜੂਦ ਸੀ। ਸੋ ਇਹ ਪੰਜ ਲੋਕ ਇਸ ਸਾਜਿਸ਼ ਦਾ ਮੁੱਢਲਾ ਹਿੱਸਾ ਸੀ ਜਿਨ੍ਹਾਂ ਨੇ ਸਾਜਿਸ਼ ਘੜਨੀ ਬੁਣਨੀ ਸ਼ੁਰੂ ਕਰਤੀ। ਸੁੱਚਾ ਸਿੰਘ ਬਹੁਤ ਉਤਾਵਲਾ ਸੀ ਪ੍ਰਤਾਪ ਸਿੰਘ ਕੈਰੋਂ ਹੋਣਾ ਤੋਂ ਬਦਲਾ ਲੈਣ ਦੇ ਲਈ, ਔਰ ਛੇਤੀ ਉਹਨੂੰ ਇਹ ਮੌਕਾ ਮਿਲ ਗਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਪ੍ਰਤਾਪ ਸਿੰਘ ਕੈਰੋਂ ਦਿੱਲੀ ਆ ਰਹੇ ਹੈ, ਉਹਨਾਂ ਦੀ ਮੀਟਿੰਗ ਹੈ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਲ। ਹੁਣ ਇੱਕ ਇੱਕ ਕਰਕੇ ਫਿਰ ਇਹਨਾਂ ਨੇ ਇਹ ਜ਼ਿੰਮੇਦਾਰੀ ਚੱਕ ਲਈ ਕਿ ਹਰ ਰੋਜ਼ ਇੱਕ ਬੰਦਾ ਲੁਟੀਅਨ ਜ਼ੋਨ ਕਰਜ਼ਨ ਰੋਡ 'ਤੇ, ਉਸ ਵਕਤ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸੀ ਰਣਜੀਤ ਸਿੰਘ, ਉਹਨਾਂ ਦੀ ਕੋਠੀ ਸੀ, ਉਹਨਾਂ ਦਾ ਬੰਗਲਾ ਸੀ ਜਿਹੜਾ ਸਰਕਾਰੀ ਬੰਗਲਾ ਉਹਨਾਂ ਨੂੰ ਮਿਲਿਆ ਹੋਇਆ ਸੀ, ਸਰਦਾਰ ਬਹਾਦਰ ਰਣਜੀਤ ਸਿੰਘ ਉਹਨਾਂ ਨੂੰ ਕਿਹਾ ਜਾਂਦਾ ਸੀ। ਰਣਜੀਤ ਸਿੰਘ ਦੇ ਬੜੇ ਖਾਸ ਅਤੇ ਪਰਮ ਮਿੱਤਰ ਸੀਗੇ ਪ੍ਰਤਾਪ ਸਿੰਘ ਕਹਿਰੋਂ, ਅਤੇ ਜਦੋਂ ਵੀ ਦਿੱਲੀ ਆਉਂਦੇ ਸੀ ਤਾਂ ਰਣਜੀਤ ਸਿੰਘ ਦੇ ਬੰਗਲੇ ਜਾਂ ਉਸੇ ਦੀ ਕੋਠੀ 'ਚ ਰੁਕਦੇ ਹੁੰਦੇ ਸੀਗੇ। ਪ੍ਰਤਾਪ ਸਿੰਘ ਕਹਿਰੋਂ ਦੀ ਇੱਕ ਆਦਤ ਸੀ ਕਿ ਉਹ ਆਪਣਾ ਬਿਸਤਰਾ ਹਮੇਸ਼ਾ ਨਾਲ ਲੈ ਕੇ ਚੱਲਦੇ ਸੀਗੇ, ਉਹਨਾਂ ਦਾ ਬਿਸਤਰਾ ਉਹਨਾਂ ਦੀ ਗੱਡੀ ਦੀ ਡਿੱਕੀ 'ਚ ਜਾਂ ਫਿਰ ਉਹਨਾਂ ਦੀ ਗੱਡੀ ਦੀ ਛੱਤ 'ਤੇ ਹਮੇਸ਼ਾ ਰੱਖਿਆ ਹੁੰਦਾ ਸੀਗਾ। ਇਹ ਪਛਾਣ ਸੀਗੀ ਉਹਨਾਂ ਦੀ ਗੱਡੀ ਜਦੋਂ ਵੀ ਉਹ ਦਿੱਲੀ ਨੂੰ ਜਾਂਦੇ ਸੀਗੇ। ਇਸ ਕਰਕੇ ਜਦੋਂ ਤੁਸੀਂ ਪੁਰਾਣੀਆਂ ਜੇ ਤਸਵੀਰਾਂ ਦੇਖੋਗੇ ਜਿਸ ਦਿਨ ਉਹਨਾਂ 'ਤੇ ਹਮਲਾ ਹੋਇਆ, ਜਿਸ ਦਿਨ ਮੌਤ ਹੋਈ ਹੈ ਪ੍ਰਤਾਪ ਸਿੰਘ ਕੈਰੋਂ ਦੀ, ਤਾਂ ਗੱਡੀ ਦੀਆਂ ਜੇ ਤੁਸੀਂ ਤਸਵੀਰਾਂ ਦੇਖੋ ਤਾਂ ਬਿਸਤਰਾ ਤੁਹਾਨੂੰ ਗੋਲ ਕੀਤਾ ਹੋਇਆ, ਜਿਹੜਾ ਬਿਸਤਰਾ ਉਹ ਉੱਪਰ ਦਿਖਾਈ ਦਊਗਾ। 3 ਫਰਵਰੀ 1965 ਬਲਦੇਵ ਸਿੰਘ ਸੰਘਾ ਕਰਜ਼ਨ ਰੋਡ 'ਤੇ ਨਿਗਾਹ ਰੱਖ ਰਿਹਾ ਸੀ ਤਾਂ ਉਹਨੂੰ ਅਚਾਨਕ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਹੋਰਾਂ ਦੀ ਕੋਠੀ ਦੇ ਵਿੱਚ ਫੀਅਟ ਕਾਰ ਖੜ੍ਹੀ ਦਿਖਾਈ ਦਿੱਤੀ ਜਿਹੜੀ ਪ੍ਰਤਾਪ ਸਿੰਘ ਕੈਰੋਂ ਦੀ ਸੀ। ਸੰਘਾ ਤੁਰੰਤ ਹੋਟਲ ਪਹੁੰਚਿਆ ਸੁੰਦਰ ਮਹਿਲ, ਅਤੇ ਉਹਨੇ ਆਪਣੇ ਬਾਕੀ ਸਾਥੀਆਂ ਨੂੰ ਜਾਣਕਾਰੀ ਦਿੱਤੀ ਕਿ ਪ੍ਰਤਾਪ ਸਿੰਘ ਕੈਰੋਂ ਦਿੱਲੀ ਪਹੁੰਚ ਚੁੱਕੇ ਅਤੇ ਹੁਣ ਇਹਨਾਂ ਨੂੰ ਕਿੱਥੇ ਇਹਨਾਂ ਦਾ ਕਤਲ ਕਰਨਾ ਜਾਂ ਕਿੱਥੇ ਹਮਲਾ ਕਰਨਾ, ਉਹ ਸਾਜਿਸ਼ ਹੈਗੀ ਜਿਹੜੀ ਉਹ ਇਹਨਾਂ ਲੋਕਾਂ ਨੇ ਘੜਨੀ ਬੁਣਨੀ ਸ਼ੁਰੂ ਕਰਤੀ। ਅਗਲੇ ਦਿਨ ਸੁੱਚਾ ਸਿੰਘ ਅਤੇ ਬਲਦੇਵ ਸੰਘਾ ਫਿਰ ਕਰਜ਼ਨ ਰੋਡ 'ਤੇ ਪਹੁੰਚੇ, ਉੱਥੋਂ ਇਹਨਾਂ ਨੇ ਹੁਣ ਜਾਣਕਾਰੀ ਪੁੱਛ ਪੁਛਾ ਕੀਤਾ ਸੂਹ ਲਈ, ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਅਗਲੇ ਦਿਨ ਜਿਹੜੇ ਪ੍ਰਤਾਪ ਸਿੰਘ ਕੈਰੋਂ ਹੈਗੇ ਉਹ ਪੰਜਾਬ ਵਾਪਸ ਜਾ ਰਹੇ ਹੈਗੇ ਕਿਉਂਕਿ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋ ਚੁੱਕੀ ਹੈ। ਹੁਣ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਕੀਮ ਤਿਆਰ ਕਰਨੀ ਸੀਗੀ ਕਿ ਕਤਲ ਕਿੱਥੇ ਕੀਤਾ ਜਾਵੇ। ਇਹ ਲੋਕ ਉੱਥੋਂ ਆਪਣੇ ਇੱਕ ਜਾਣਕਾਰ ਦੀ ਟੈਕਸੀ ਕਿਰਾਏ 'ਤੇ ਲੈ ਕੇ ਚੱਲ ਪਏ GT ਰੋਡ ਦੇ ਵੱਲ, ਕਿਉਂਕਿ ਜਦੋਂ ਇਹਨਾਂ ਨੇ ਵਿਚਾਰ ਕੀਤਾ ਕਿ ਕਿੱਥੇ ਹਮਲਾ ਕੀਤਾ ਜਾਣਾ ਚਾਹੀਦਾ ਪ੍ਰਤਾਪ ਸਿੰਘ ਕਹਿਰੋਂ 'ਤੇ, ਤਾਂ ਸੁੱਚਾ ਸਿੰਘ ਨੇ ਇਹ ਸਕੀਮ ਬਣਾਈ ਕਿ ਜੇ ਆਪਾਂ ਪ੍ਰਤਾਪ ਸਿੰਘ ਕਹਿਰੋਂ 'ਤੇ ਦਿੱਲੀ ਦੇ ਵਿੱਚ ਹਮਲਾ ਕੀਤਾ ਤਾਂ ਆਪਾਂ ਫੜੇ ਜਾਵਾਂਗੇ, ਇਸ ਕਰਕੇ ਉਹਨਾਂ 'ਤੇ ਹਮਲਾ ਉੱਥੇ ਕੀਤਾ ਜਾਵੇ ਜਦੋਂ ਉਹਨਾਂ ਦੇ ਨਾਲ ਸੁਰੱਖਿਆ ਬਹੁਤ ਘੱਟ ਹੋਵੇ ਜਾਂ ਨਾ ਮਾਤਰ ਹੋਵੇ ਜਾਂ ਹੋਵੇ ਹੀ ਨਾ। ਸੋ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਇਹਨਾਂ ਨੇ ਇਹ ਸੋਚਿਆ ਕਿ ਪ੍ਰਤਾਪ ਸਿੰਘ ਕੈਰੋਂ 'ਤੇ ਹਮਲਾ ਹੈ ਜਿਹੜਾ ਉਹ ਦਿੱਲੀ ਦੇ ਵਿੱਚ ਨਹੀਂ ਰਸਤੇ 'ਚ ਕਿਤੇ ਕੀਤਾ ਜਾਵੇ। ਸੋ ਇਹ ਲੋਕ ਹੈਗੇ ਜਿਹੜੇ ਉਹ ਦਿੱਲੀ ਤੋਂ ਨਿਕਲੇ ਟੈਕਸੀ ਲੈ ਕੇ ਅਤੇ ਢੁੱਕਵੀਂ ਥਾਂ ਦੀ ਜਿਹੜੀ ਚੋਣ ਹੈਗੀ ਉਹ ਕਰਨ ਦੇ ਲਈ ਇਹ ਦਿੱਲੀ ਤੋਂ ਅੰਬਾਲਾ GT ਰੋਡ ਦੇ ਵੱਲ ਚੱਲ ਪਏ। ਥੋੜ੍ਹੀ ਦੂਰ ਹੀ ਗਏ ਸੀ ਕਿ ਇਹਨਾਂ ਨੂੰ ਰਸੋਈ ਪਿੰਡ ਦੇ ਨੇੜੇ ਸਰਕਾਰੀ ਸਕੂਲ ਦੇ ਸਾਹਮਣੇ ਸੜਕ ਦੀ ਮੁਰੰਮਤ ਚੱਲ ਰਹੀ ਸੀ, ਉਹ ਜਗ੍ਹਾ ਦਿਖਾਈ ਦਿੱਤੀ। ਸੁੱਚਾ ਸਿੰਘ ਨੇ ਟੈਕਸੀ ਉੱਥੇ ਰਖਵਾ ਲਈ। ਸੁੱਚਾ ਸਿੰਘ ਅਤੇ ਬਲਦੇਵ ਸੰਘਾ ਉਤਰੇ, ਉਹਨਾਂ ਨੇ ਉਸ ਥਾਂ ਨੂੰ ਦੇਖ ਕੇ ਤੈਅ ਕੀਤਾ ਕਿ ਇਸ ਤੋਂ ਢੁੱਕਵੀਂ ਥਾਂ ਕੋਈ ਨਹੀਂ ਹੋ ਸਕਦੀ ਪ੍ਰਤਾਪ ਸਿੰਘ ਕੈਰੋਂ ਹੋਣਾ 'ਤੇ ਹਮਲਾ ਕਰਨ ਦੀ, ਕਿਉਂਕਿ ਇੱਥੇ ਗੱਡੀਆਂ ਬਹੁਤ ਹੌਲੀ ਹੋ ਕੇ ਜਾ ਰਹੀਆਂ ਸੀ।
ਉਸ ਵਕਤ 4 ਲੇਨ ਜਾਂ 6 ਲੇਨ ਹੈ ਨਹੀਂ ਸੀ, GT ਰੋਡ ਹੀ ਸੀ, ਗੱਡੀਆਂ ਦੋ ਪਾਸੇ ਹੀ ਚੱਲਦੀਆਂ ਸੀਗੀਆਂ, ਅਤੇ ਸੜਕ ਦੀ ਮੁਰੰਮਤ ਹੁੰਦੀ ਹੋਣ ਕਰਕੇ ਗੱਡੀਆਂ ਬਹੁਤ ਸਲੋ ਹੋ ਰਹੀਆਂ ਸੀਗੀਆਂ ਉੱਥੇ, PWD ਦੀ ਲੇਬਰ ਜਿਹੜੀ ਹੈਗੀ ਉੱਥੇ ਕੰਮ ਕਰ ਰਹੀ ਸੀਗੀ। ਸੋ ਉਹ ਥਾਂ ਹੈ ਜਿਹੜੀ ਸੁੱਚਾ ਸਿੰਘ ਅਤੇ ਬਲਦੇਵ ਸਿੰਘ ਆ, ਉਸ ਥਾਂ ਨੂੰ ਫਾਈਨਲ ਕਰਕੇ ਤੁਰੰਤ ਦਿੱਲੀ ਪਰਤ ਆਏ। ਜਦੋਂ ਦਿੱਲੀ ਇਹ ਪਹੁੰਚੇ ਤਾਂ ਪੁਲਿਸ ਦੀਆਂ ਜੋ ਫਾਈਂਡਿੰਗਸ ਆਈਆਂ, ਪੁਲਿਸ ਦੀ ਜੋ ਇਨਵੈਸਟੀਗੇਸ਼ਨ ਰਿਪੋਰਟ ਆਈ, ਉਹਦੇ 'ਚ ਹਾਲਾਂਕਿ ਇੱਕ ਤੱਥ ਹੋਰ ਸਾਹਮਣੇ ਆਉਂਦਾ, ਉਹ ਇਹ ਹੈ ਕਿ ਬਲਦੇਵ ਸਿੰਘਾਂ ਨੇ ਇਹ ਤਰਕ ਦਿੱਤਾ ਕਿ ਜੇ ਕਿਤੇ ਪ੍ਰਤਾਪ ਸਿੰਘ ਕੈਰੋਂ ਦਿੱਲੀ ਤੋਂ ਅੰਬਾਲਾ ਵਾਲੇ ਰਸਤੇ ਨਾ ਨਿਕਲੇ ਅਤੇ ਕਿਸੇ ਹੋਰ ਰਸਤੇ ਚਲੇ ਗਏ ਤਾਂ ਸਾਰੀ ਮਿਹਨਤ ਹੈਗੀ ਜਿਹੜੀ ਉਹਦੇ 'ਤੇ ਪਾਣੀ ਫਿਰ ਜੂਗਾ, ਅਤੇ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ ਉਹਨਾਂ 'ਤੇ ਦੁਬਾਰਾ ਹਮਲਾ ਕਰਨ ਦਾ, ਜੇ ਇਸ ਵਾਰਦਾਤ ਦਾ। ਇਹ ਜਿਹੜੀ ਵਿਚਾਰ ਸੀ ਬਲਦੇਵ ਸਿੰਘਾਂ ਦਾ, ਇਹ ਬਾਕੀਆਂ ਨੂੰ ਵੀ ਪਸੰਦ ਆਇਆ ਅਤੇ ਇੱਕ ਵਾਰ ਸਕੀਮ ਹੈਗੀ ਜਿਹੜੀ ਉਹ ਬਦਲਤੀ ਗਈ ਅਤੇ ਇਹ ਫੈਸਲਾ ਹੋਇਆ ਕਿ ਕਿਉਂ ਨਾ ਮੈਂਬਰ ਪਾਰਲੀਮੈਂਟ ਸਰਦਾਰ ਬਹਾਦਰ ਰਣਜੀਤ ਸਿੰਘ ਹੋਰਾਂ ਦੇ ਬੰਗਲੇ ਦੇ ਵਿੱਚ ਹੀ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ 'ਤੇ ਹਮਲਾ ਕੀਤਾ ਜਾਵੇ। ਇਹ ਸੰਭਾਵਨਾ ਤਲਾਸ਼ਣ ਵਾਸਤੇ ਦਇਆ ਸਿੰਘ ਅਤੇ ਜਿਹੜਾ ਸੁੱਚਾ ਸਿੰਘ ਹੈ ਉਹ ਇੱਕ ਵਾਰ ਫਿਰ ਕਰਜ਼ਨ ਰੋਡ ਪਹੁੰਚਦੇ ਆ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਉੱਥੇ ਤਾਂ ਹੁਣ ਚਹਿਲ ਪਹਿਲ ਹੋ ਗਈ, ਉੱਥੇ ਟੈਂਟ ਲੱਗ ਰਹੇ ਆ, ਕਨਾਤਾਂ ਲੱਗ ਰਹੀਆਂ ਨੇ। ਆਲੇ ਦੁਆਲੇ ਉਹਨਾਂ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਰੀਗਲ ਸਿਨੇਮਾ ਦੇ ਮਾਲਕ ਨੇ ਉਹਨਾਂ ਦੀ ਕੁੜੀ ਦੇ ਵਿਆਹ ਦੀ ਪਾਰਟੀ ਹੈ ਜਿਹੜੀ ਉਹ ਸ਼ਾਮ ਨੂੰ ਇੱਥੇ ਹੈ। ਇਸ ਕਰਕੇ ਜਿਹੜੀ ਸਕੀਮ ਉਹਨਾਂ ਨੇ ਇੱਕ ਵਾਰੀ ਦਿਮਾਗ ਦੇ ਵਿੱਚ ਲਿਆਂਦੀ ਸੀ ਜਾਂ ਵਿਚਾਰੀ ਸੀ ਕਿ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਹੋਰਾਂ ਦੀ ਕੋਠੀ ਦੇ ਅੰਦਰ ਹੀ ਕਿਉਂ ਨਾ ਪ੍ਰਤਾਪ ਸਿੰਘ ਕੈਰੋਂ ਹੋਣਾ ਦਾ ਕਤਲ ਕਰਤਾ ਜਾਵੇ, ਉਹਦੇ 'ਤੇ ਫਿਰ ਪਾਣੀ ਫਿਰ ਗਿਆ। ਫਿਰ ਇਹਨਾਂ ਨੇ ਇਹ ਸਕੀਮ ਹੈਗੀ ਜਿਹੜੀ ਉਹ ਰੱਦ ਕਰਤੀ ਅਤੇ ਇਹ ਫੈਸਲਾ ਕੀਤਾ ਕਿ ਅਗਲੇ ਦਿਨ ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਲਈ ਰਵਾਨਾ ਹੋਣਗੇ ਤਾਂ ਜਿਹੜੀ ਥਾਂ ਇਹਨਾਂ ਨੇ ਚੁਣੀ ਹੈ ਰਸੋਈ ਪਿੰਡ ਦੇ ਕੋਲ ਸੋਨੀਪਤ ਨੇੜੇ, ਉੱਥੇ ਹੀ ਹਮਲਾ ਕੀਤਾ ਜਾਵੇ। ਇਹ ਵਾਪਸ ਹੋਟਲ ਪਰਤ ਗਏ ਅਤੇ ਹੋਟਲ ਪਹੁੰਚ ਕੇ ਇਹਨਾਂ ਨੇ ਜਿਹੜੇ ਹਥਿਆਰ ਹੈਗੇ ਉਹ ਇੱਕ ਦੂਜੇ ਦੇ ਸਪੁਰਦ ਕੀਤੇ ਗਏ। ਦਿਨ ਚੜ੍ਹਿਆ, ਬਲਦੇਵ ਸੰਘਾ ਅਤੇ ਨਾਰ ਸਿੰਘ ਫੌਜੀ ਨੇ ਜਿਹੜੇ ਉਹ ਪਹਿਲਾਂ ਹੀ ਨਿਕਲ ਚੁੱਕੇ ਸੀ ਰਸੋਈ ਪਿੰਡ ਦੇ। ਰਸੋਈ ਪਿੰਡ ਉਹ ਬੱਸ ਦੇ ਰਾਹੀਂ ਗਏ ਅਤੇ ਇਹਨਾਂ ਨੇ ਰਸੋਈ ਨਾ ਜਾ ਕੇ ਪਿਆਓ ਮਨਿਆਰੀ ਇੱਕ ਜਗ੍ਹਾ ਆਉਂਦੀ ਹੈ ਉੱਥੇ ਹੀ ਉੱਤਰ ਗਏ, ਉੱਥੇ ਚਾਹ ਵਗੈਰਾ ਪੀਤੀ। ਉਸ ਤੋਂ ਬਾਅਦ ਕੁਛ ਸਮੇਂ ਬਾਅਦ ਟੈਕਸੀ ਲੈ ਕੇ ਸੁੱਚਾ ਸਿੰਘ ਅਤੇ ਜਿਹੜਾ ਦਇਆ ਸਿੰਘ ਆ ਉਹ ਵੀ ਪਹੁੰਚ ਗਏ ਅਤੇ ਇਹ ਵੀ ਪਿਆਓ ਮਨਿਆਰੀ ਹੈਗੇ ਜਿਹੜੇ ਉੱਥੇ ਜਾ ਕੇ ਇਕੱਠੇ ਹੋ ਗਏ। ਪਿਆਓ ਮਨਿਆਰੀ ਤੋਂ ਇਹ ਲੋਕ ਪੈਦਲ ਹੀ ਚੱਲ ਪਏ ਉੱਥੋਂ ਚਾਹ ਪੀ ਕੇ ਅਤੇ ਫਿਰ ਇਹਨਾਂ ਨੇ ਪੈਦਲ ਹੀ ਤੁਰ ਪਏ ਰਸੋਈ ਪਿੰਡ ਦੇ ਵੱਲ। ਥੋੜ੍ਹੇ ਟਾਈਮ 'ਚ ਕਿਉਂਕਿ ਨੇੜੇ ਹੀ ਸੀ, ਥੋੜ੍ਹੇ ਟਾਈਮ ਬਾਅਦ ਇਹ ਪਹੁੰਚ ਗਏ ਰਸੋਈ ਪਿੰਡ ਦੇ ਸਰਕਾਰੀ ਸਕੂਲ ਦੇ ਬਾਹਰ ਜਿੱਥੇ ਚੱਲ ਰਿਹਾ ਸੀ ਸੜਕ ਦੀ ਮੁਰੰਮਤ ਦਾ ਕੰਮ ਅਤੇ ਉੱਥੇ ਲੁੱਕ ਦੇ ਡਰੰਮ ਸੜਕ 'ਤੇ ਪਏ ਹੋਏ ਸੀਗੇ, ਲੇਬਰ ਕੰਮ ਕਰ ਰਹੀ ਸੀਗੀ ਤਾਂ ਉੱਥੇ ਮਤਲਬ ਸੜਕ ਕਿਤੇ ਨਾ ਕਿਤੇ ਹੋਲਟ ਹੋ ਰਹੀ ਸੀਗੀ ਜਿੱਥੇ ਗੱਡੀਆਂ ਜਿਹੜੀਆਂ ਨੇ ਉਹ ਸਲੋ ਹੋ ਕੇ ਨਿਕਲ ਰਹੀਆਂ ਸੀ। ਬਲਦੇਵ ਸਿੰਘ ਆ ਜਿਹੜਾ ਬਲਦੇਵ ਸਿੰਘ ਆ ਉਹ ਥੋੜ੍ਹਾ ਅੱਗੇ ਕਰਕੇ ਖੜ੍ਹਾ ਕਰਤਾ ਗਿਆ ਨਿਗਾਹ ਰੱਖਣ ਦੇ ਲਈ ਕਿ ਜਦੋਂ ਵੀ ਫੀਅਟ ਕਾਰ ਦਿਖਾਈ ਦੇਵੇ ਪ੍ਰਤਾਪ ਸਿੰਘ ਕੈਰੋਂ ਹੋਣਾ ਦੀ ਉਦੋਂ ਤੁਰੰਤ ਉਹ ਖਬਰ ਦੇਵੇ। ਕਰੀਬ 12:15 ਵਜੇ ਗੱਡੀ ਦਿਖਾਈ ਦਿੱਤੀ ਫੀਅਟ, ਜਿਸ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਸਵਾਰ ਸੀ ਅਤੇ ਉਹ ਗੱਡੀ ਹੌਲੀ ਹੌਲੀ ਵੱਧ ਰਹੀ ਸੀ ਰਸੋਈ ਪਿੰਡ ਦੇ ਵੱਲ। ਬਲਦੇਵ ਸਿੰਘਾਂ ਨੇ ਉੱਚੀ ਆਵਾਜ਼ ਮਾਰ ਕੇ ਸਾਰਿਆਂ ਨੂੰ ਅਲਰਟ ਕੀਤਾ ਕਿ ਤਿਆਰ ਹੋਇਓ, ਗੱਡੀ ਆ ਰਹੀ ਹੈ। ਇਹਨਾਂ ਨੇ ਆਪਣੇ ਹਥਿਆਰ ਸਾਂਭਣੇ ਸ਼ੁਰੂ ਕਰਤੇ। ਉੱਥੇ PWD ਦਾ ਇੱਕ ਬੇਲਦਾਰ ਸੀ ਸੀਤਾ ਰਾਮ ਖੜ੍ਹਾ,
ਹੁਣ ਉਹਨੇ ਜਦੋਂ ਦੇਖਿਆ ਕਿ ਇਹ ਲੋਕ ਹਥਿਆਰ ਸੰਭਾਲ ਕੇ ਪੋਜੀਸ਼ਨਾਂ ਕਿਉਂ ਲੈਣੀਆਂ ਜਾਂ ਹਫੜਾ ਤਫੜੀ ਕਿਉਂ ਪੈ ਗਈ, ਉਹਨੇ ਇੱਕੋ ਦਮ ਸੁੱਚਾ ਸਿੰਘ ਨੂੰ ਪੁੱਛਿਆ ਕਿ ਕੀ ਹੋਇਆ, ਕੀ ਕਰ ਰਹੇ ਹੋ। ਸੁੱਚਾ ਸਿੰਘ ਨੇ ਨਵੀਂ ਕਹਾਣੀ ਘੜਤੀ, ਕਹਾਣੀ ਘੜੀ ਔਰ ਉਸ ਕਹਾਣੀ ਦੇ ਨਾਲ ਬਲਕਿ ਜਿਹੜਾ ਬੇਲਦਾਰ ਸੀ ਭੋਲ ਪੁਣੇ 'ਚ ਉਹ ਵੀ ਵਿਚਾਰਾ ਸ਼ਾਮਿਲ ਹੋ ਗਿਆ ਸਾਜਿਸ਼ 'ਚ। ਸੁੱਚਾ ਸਿੰਘ ਨੇ ਉਹਨੂੰ ਦੱਸਿਆ ਕਿ ਦੇਖ ਪਿੱਛੇ ਜਿਹੜੀ ਗੱਡੀ ਆ ਰਹੀ ਹੈਗੀ ਉਹਦੇ 'ਚ ਨਸ਼ਾ ਸਮਗਲ ਹੋ ਰਿਹਾ ਅਤੇ ਅਸੀਂ ਸਮਗਲਰਾਂ ਨੂੰ ਫੜਨਾ, ਤੂੰ ਸਾਡੀ ਇੰਨੀ ਕੁ ਮਦਦ ਕਰ ਕਿ ਉਹ ਗੱਡੀ ਦਾ ਜਿਹੜਾ ਡਰਾਈਵਰ ਆ, ਗੱਡੀ ਜਿਹੜੀ ਆ ਰਹੀ ਹੈਗੀ ਉਹਦੇ ਡਰਾਈਵਰ ਨੂੰ ਲਾਲ ਝੰਡੀ ਦਿਖਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ। ਬੇਲਦਾਰ ਸੀਤਾਰਾਮ ਨੂੰ ਲੱਗਿਆ ਵੀ ਸ਼ਾਇਦ ਉਹ ਲੋਕ ਸੱਚ ਬੋਲ ਰਹੇ ਹੈਗੇ। ਬੇਲਦਾਰ ਸੀਤਾਰਾਮ ਨੇ ਗੱਡੀ ਨੂੰ ਲਾਲ ਝੰਡੀ ਦਿਖਾਉਣੀ ਸ਼ੁਰੂ ਕਰਤੀ। ਜਿਵੇਂ ਸੀਤਾਰਾਮ ਨੇ ਲਾਲ ਝੰਡੀ ਦਿਖਾਈ, ਡਰਾਈਵਰ ਦਲੀਪ ਸਿੰਘ ਨੇ ਗੱਡੀ ਨੂੰ ਬ੍ਰੇਕ ਦਿੱਤੀ ਅਤੇ ਗੱਡੀ ਹੌਲੀ ਹੋ ਗਈ। ਸੁੱਚਾ ਸਿੰਘ ਤੁਰੰਤ ਗੱਡੀ ਦੇ ਮੂਹਰੇ ਆਇਆ ਅਤੇ ਉਹਨੇ ਡਰਾਈਵਰ ਦਲੀਪ ਸਿੰਘ ਨੂੰ ਬਾਹਰ ਕੱਢਣ ਵਾਸਤੇ ਧਮਕੀ ਦਿੱਤੀ ਕਿ ਬਾਹਰ ਨਿਕਲ। ਡਰਾਈਵਰ ਦਲੀਪ ਸਿੰਘ ਤੁਰੰਤ ਗੱਡੀ 'ਚੋਂ ਨਿਕਲਿਆ। ਇਹ ਸੁਣਦੇ ਹੀ ਪਿੱਛੇ ਬੈਠੇ ਜਿਹੜੇ IAS ਆਫਿਸਰ ਸੀ ਬਲਦੇਵ ਰਾਜ ਕਪੂਰ, ਉਸ ਵਕਤ ਇੰਡਸਟਰੀ ਮਹਿਕਮੇ ਦੇ ਡਿਪਟੀ ਡਾਇਰੈਕਟਰ ਸੀਗੇ, ਉਹਨਾਂ ਨੂੰ ਲੱਗਿਆ ਕਿ ਇਹ ਕੀ ਹੋ ਰਿਹਾ। ਉਹ ਜਦੋਂ ਬਾਹਰ ਨਿਕਲਣ ਦੇ ਲਈ ਉਹਨਾਂ ਨੇ ਖਿੜਕੀ ਖੋਲ੍ਹੀ ਤਾਂ ਸੁੱਚਾ ਸਿੰਘ ਨੇ ਤੁਰੰਤ ਗੋਲੀ ਚਲਾਤੀ ਅਤੇ ਗੋਲੀ ਲੱਗੀ ਸਿੱਧੀ ਉਹਨਾਂ ਦੀ ਛਾਤੀ 'ਚ ਅਤੇ ਬਲਦੇਵ ਰਾਜ ਕਪੂਰ ਉੱਥੇ ਹੀ ਸੜਕ 'ਤੇ ਢੇਰੀ ਹੋ ਗਏ। ਇਸ ਤੋਂ ਪਹਿਲਾਂ ਕਿ ਪ੍ਰਤਾਪ ਸਿੰਘ ਕਹਿਰੋਂ ਕੁਛ ਸਮਝ ਪਾਉਂਦੇ, ਤੁਰੰਤ ਦੂਜੇ ਪਾਸਿਓਂ ਆਇਆ ਬਲਦੇਵ ਸੰਘਾ ਅਤੇ ਉਹਨੇ ਆ ਕੇ ਪ੍ਰਤਾਪ ਸਿੰਘ ਕੈਰੋਂ 'ਤੇ ਗੋਲੀਆਂ ਚਲਾਤੀਆਂ ਅਤੇ ਪ੍ਰਤਾਪ ਸਿੰਘ ਕੈਰੋਂ ਸੀਟ 'ਤੇ ਡਿੱਗ ਪਏ। ਇਸ ਤੋਂ ਪਹਿਲਾਂ ਕਿ ਅੱਗੇ ਬੈਠਾ ਹੋਇਆ ਜਿਹੜਾ PA ਸੀ ਪ੍ਰਤਾਪ ਸਿੰਘ ਕੈਰੋਂ ਦਾ ਅਜੀਤ ਸਿੰਘ, ਉਹ ਕੁਛ ਕਰਦਾ ਉਹਨੂੰ ਆ ਕੇ ਜਿਹੜਾ ਨਾਰ ਸਿੰਘ ਫੌਜੀ ਸੀ ਉਹਨੇ ਗੋਲੀਆਂ ਮਾਰਤੀਆਂ ਅਤੇ ਭੱਜੇ ਜਾਂਦੇ ਡਰਾਈਵਰ ਨੂੰ ਦਇਆ ਸਿੰਘ ਨੇ ਗੋਲੀਆਂ ਮਾਰਤੀਆਂ। 1.5 ਮਿੰਟ ਦੇ ਵਿੱਚ ਸਾਰੀ ਵਾਰਦਾਤ ਹੋ ਗਈ ਅਤੇ ਬੜੀ ਆਸਾਨੀ ਦੇ ਨਾਲ, ਜਿਹਨਾਂ ਇਹਨਾਂ ਕਾਤਲਾਂ ਨੂੰ ਇਹ ਉਮੀਦ ਨਹੀਂ ਸੀ ਵੀ ਇੰਨੀ ਆਸਾਨੀ ਦੇ ਨਾਲ ਕਿਸੇ ਮੁੱਖ ਮੰਤਰੀ ਦਾ ਕਤਲ ਕੀਤਾ ਜਾ ਸਕਦਾ, ਬੜੀ ਆਸਾਨੀ ਦੇ ਨਾਲ 1.5 ਮਿੰਟ ਦੇ ਵਿੱਚ ਇਹਨਾਂ ਨੇ ਕਤਲ ਦੀ ਵਾਰਦਾਤ ਨੂੰ ਇਸ ਪੂਰੀ ਨੂੰ ਅੰਜਾਮ ਦਿੱਤਾ ਅਤੇ ਨਾਲ ਲੰਘਦੀ ਇੱਕ ਡਰੇਨ, ਡਰੇਨ ਨੰਬਰ 8 ਕਹਿੰਦੇ ਉਹਨੂੰ, ਉਹਦੇ ਵਿੱਚ ਦੀ ਹੁੰਦੇ ਹੋਏ ਇਹ ਗਾਇਬ ਹੋ ਗਏ।